1984 ਵਿੱਚ ਜੋ ਦੁਖਾਂਤ ਵਾਪਰਿਆ ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜੋ ਹਮਲਾ ਫੌਜਾਂ ਵੱਲੋਂ ਕੀਤਾ ਗਿਆ ਸੀ, ਤਾਂ ਇਸ ਹਮਲੇ 'ਚ ਜੋ ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ, ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਸ਼੍ਰੀ ਅਖੰਡ ਪਾਠ ਸਾਹਿਬ 'ਤੇ ਸਹਿਜ ਪਾਠ ਕਰਵਾਏ ਗਏ ਅਤੇ ਭੋਗ ਪਾ ਕੇ ਅਰਦਾਸ ਕੀਤੀ ਗਈ, ਜਿਸ ਵਿੱਚ ਕਿ ਲੱਖਾਂ ਦੀ ਤਾਦਾਦ ਵਿੱਚ ਸਿੱਖ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਅਤੇ ਉਸ ਮੌਕੇ ਵਾਪਰੇ ਦੁਖਾਂਤ 'ਚ ਜੋ ਸਿੰਘ ਸਿੰਘਣੀਆਂ ਸ਼ਹੀਦ ਹੋਏ ਸੀ, ਉਹਨਾਂ ਨੂੰ ਆਪਣੀਆਂ ਸ਼ਰਧਾ ਨਾਲ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਤਾਂ ਦੱਸ ਦਈਏ ਕਿ 1984 'ਚ ਉਸ ਮੌਕੇ ਦੀ ਸਰਕਾਰ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਘੇਰਾ ਜਿਹੜਾ ਹਰਿਮੰਦਰ ਸਾਹਿਬ ਨੂੰ ਪਾ ਕੇ ਰੱਖਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹੱਲਾ ਬੋਲਿਆ ਗਿਆ ਅਤੇ ਇਸ ਦਰਮਿਆਨ ਕਾਫੀ ਜਿਹੜਾ ਨੁਕਸਾਨ ਉਹ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੋਇਆ ਸੀ, ਜਿਸਦੇ ਵਿੱਚ ਕਿ ਉਸ ਮੌਕੇ ਕਈ ਸਿੰਘ ਅਤੇ ਸਿੰਘਣੀਆਂ ਜਿਹੜੇ ਆ ਉਹ ਸ਼ਹੀਦ ਹੋਏ ਸੀ, ਜਿਸ ਤੋਂ ਬਾਅਦ ਇੱਕ ਹੋਰ ਸ਼ਹੀਦੀਆਂ ਦਾ ਦੌਰ ਆ ਜਿਹੜਾ 84 ਮੌਕੇ ਦੇਖਿਆ ਗਿਆ ਸੀ ਅਤੇ ਉਸ ਮੌਕੇ ਦੇ ਸਿੰਘ ਅਤੇ ਸਿੰਘਣੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਅਤੇ ਇਸ ਵਾਰ ਵੀ ਉਹਨਾਂ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ ਅਤੇ ਸਹਿਜ ਪਾਠ ਕਰਵਾਏ ਗਏ ਅਤੇ ਭੋਗ ਪਾ ਕੇ ਅਰਦਾਸ ਕੀਤੀ ਗਈ। ਤਾਂ ਇਸ ਮੌਕੇ ਜਿਹੜੀਆਂ ਸੰਗਤਾਂ ਜਿਹੜੀਆਂ ਉਹ ਕਾਫੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਮੌਕੇ ਜੋ ਆਜ਼ਾਦ ਉਮੀਦਵਾਰ ਨੇ ਉਹ ਜਿਹੜੇ ਆ ਜਿੱਤੇ ਹੋਏ ਆ ਤਾਂ ਉਹ ਵੀ ਨਤਮਸਤਕ ਹੋਣ ਪਹੁੰਚੇ ਨੇ, ਜਿਸ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਉਹ ਜਿਹੜੇ ਆ ਹਰਿਮੰਦਰ ਸਾਹਿਬ ਪਹੁੰਚੇ ਅਤੇ ਇਸ ਦੇ ਤਹਿਤ ਫਰੀਦਕੋਟ ਤੋਂ ਜੋ ਆਜ਼ਾਦ ਉਮੀਦਵਾਰ ਜਿੱਤੇ ਨੇ ਸਿੰਘ ਅਤੇ ਸਿੰਘਣੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਨੇ ਅਤੇ ਅਰਦਾਸ ਵਿੱਚ ਸ਼ਾਮਲ ਹੋਏ। ਤਾਂ ਇੱਕ ਵਾਰ ਫਿਰ ਦੱਸ ਦਈਏ ਕਿ 1984 ਵਿੱਚ ਜੋ ਵੱਡਾ ਘੱਲੂਕਾਰਾ ਵਾਪਰਿਆ ਸੀ ਅਤੇ ਉਸ ਮੌਕੇ ਕਾਫੀ ਵੱਡੀ ਗਿਣਤੀ ਵਿੱਚ ਜਿਹੜੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਇੱਕ ਦੌਰ ਆ ਜਿਹੜਾ ਉਹ ਸ਼ਹੀਦੀਆਂ ਦਾ ਸ਼ੁਰੂ ਹੁੰਦਾ 84 ਸਮੇਂ, ਉਸ ਦੀ ਯਾਦ ਆ ਜਿਹੜੀ ਹਰ ਸਾਲ ਮਨਾਈ ਜਾਂਦੀ ਆ ਅਤੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਮਾਗਮ ਨੇ ਜਿਹੜੇ ਉਹ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ 'ਤੇ ਕਰਵਾਏ ਜਾਂਦੇ ਨੇ ਅਤੇ ਇਸ ਵਾਰ ਵੀ ਉਹ ਸਮਾਗਮ ਕਰਵਾਏ ਜਾ ਰਹੇ ਨੇ, ਜਿਸ ਵਿੱਚ ਕਿ ਕਾਫੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਅਤੇ ਸ਼ਹੀਦ ਸਿੰਘ ਅਤੇ ਸਿੰਘਣੀਆਂ ਨੂੰ ਯਾਦ ਕਰਦਿਆਂ ਹੋਇਆ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 6 ਜੂਨ 1984 ਇਹ ਦਿਨ ਹਮੇਸ਼ਾ ਸਾਡੀਆਂ ਸਿਮਰਤੀਆਂ ਦੇ ਵਿੱਚ ਸਾਨੂੰ ਯਾਦ ਰਹੇਗਾ, ਕਿਉਂਕਿ ਅੱਜ ਤੋਂ 40 ਸਾਲ ਪਹਿਲਾਂ ਭਾਰਤ ਦੀ ਉਸ ਵਕਤ ਦੀ ਹਕੂਮਤ ਨੇ ਭਾਰਤੀ ਫੌਜ ਦੇ ਦੁਆਰਾ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਬੋਲਿਆ, ਉੱਥੇ 35 ਹੋਰ ਗੁਰਦੁਆਰਾ ਸਾਹਿਬਾਨ ਨੂੰ ਵੀ ਨਿਸ਼ਾਨਾ ਬਣਾਇਆ। ਇਸ 84 ਦੇ ਹਮਲੇ ਦੇ ਦੌਰਾਨ ਬੇਅੰਤ ਸਿੱਖ, ਜਿਹਦੇ ਵਿੱਚ ਇਸਤਰੀਆਂ, ਬਜ਼ੁਰਗ, ਬੱਚੇ ਤੱਕ ਸਨ, ਸ਼ਹੀਦ ਕੀਤੇ ਗਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪੁਰਬ ਮਨਾਉਣ ਆਈ ਸੰਗਤ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਮੌਜੂਦ ਸੀ, ਉਸ ਨੂੰ ਵੀ ਗੋਲੀਆਂ ਦੇ ਨਾਲ, ਤੋਪਾਂ ਦੇ ਗੋਲਿਆਂ ਦੇ ਨਾਲ ਢਹਿ ਢੇਰੀ ਕੀਤਾ ਗਿਆ। ਕੋਹ ਕੋਹ ਕੇ ਬੱਚਿਆਂ ਤੱਕ ਨੂੰ ਵੀ ਜਿਹੜਾ ਗੋਲੀਆਂ ਦੇ ਨਾਲ ਭੁੰਨਿਆ ਗਿਆ। ਇਸ ਹਮਲੇ ਦੀ ਸ਼ੁਰੂਆਤ
1947 ਦੇ ਵਿੱਚ ਜੋ ਭਾਰਤ ਦੇ ਉਸ ਵਕਤ ਦੇ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਵਾਅਦੇ ਕੀਤੇ ਸਨ ਉਹਨੂੰ ਮੁੱਕਰਨ ਤੋਂ ਹੀ ਸ਼ੁਰੂ ਹੋ ਗਏ। ਭਾਰਤੀ ਹੁਕਮਰਾਨਾਂ ਨੇ ਸਿੱਖਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਭਾਰਤ ਦੇ ਵਿੱਚ ਇੱਕ ਐਸਾ ਸੁਰੱਖਿਅਤ ਖਿੱਤਾ ਜਿਹੜਾ ਹੈ ਤੁਹਾਡੇ ਲਈ ਰਹੇਗਾ ਜਿਹਦੇ ਵਿੱਚ ਤੁਹਾਡੇ ਧਾਰਮਿਕ ਹੱਕ ਹਕੂਕ, ਧਾਰਮਿਕ ਅਧਿਕਾਰ, ਧਾਰਮਿਕ ਸਿਧਾਂਤ, ਧਾਰਮਿਕ ਮਰਿਆਦਾ, ਪਰੰਪਰਾਵਾਂ, ਇੱਥੋਂ ਤੱਕ ਕਿ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਸੁਰੱਖਿਅਤ ਰਹਿਣਗੇ। ਪਰ ਜਦੋਂ ਹੀ ਦੇਸ਼ ਆਜ਼ਾਦ ਹੋਇਆ, ਪੰਜਾਬ ਦੀ ਵੰਡ ਹੋ ਗਈ, ਸਿੱਖ ਉੱਜੜ ਕੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਖਿਲਾਰੇ ਗਏ ਤਾਂ ਸਿੱਖਾਂ ਨੂੰ ਜਿਹੜਾ ਹੈ ਇੱਕ ਖਿੱਤਾ ਤਾਂ ਦੇਣਾ ਕੀ, ਸਗੋਂ ਸਿੱਖਾਂ ਦਾ ਜਿਹੜਾ ਬਹੁਗਿਣਤੀ ਵਾਲਾ ਖੇਤਰ ਪੰਜਾਬ ਸੀ ਇਸਦੇ ਜਿਹੜੇ ਹੈ ਉਹ ਦੋ ਟੁਕੜੇ ਹੋਰ ਕਰ ਦਿੱਤੇ ਗਏ। ਔਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਜਿਹੜਾ ਹੈ ਉਹ ਕਰ ਦਿੱਤੇ ਗਏ, ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਪੰਜਾਬ ਤੋਂ ਕੱਟ ਦਿੱਤੇ ਗਏ, ਪੰਜਾਬ ਦਾ ਪਾਣੀ ਲੁੱਟਿਆ ਗਿਆ, ਪੰਜਾਬ ਦੀ ਬੋਲੀ ਨੂੰ ਕੁਚਲਣ ਦੇ ਯਤਨ ਕੀਤੇ ਜਾਣ ਲੱਗੇ ਜੋ ਪੰਜਾਬੀਆਂ ਦੀ ਬੋਲੀ ਸੀ, ਹਿੰਦੂ ਵੀ ਬੋਲਦੇ ਸੀ, ਸਿੱਖ ਵੀ ਬੋਲਦੇ ਸੀ ਔਰ ਮਲੇਰਕੋਟਲੇ ਦੇ ਵਿੱਚ ਮੁਸਲਮਾਨ ਵੀ ਪੰਜਾਬੀ ਬੋਲਦੇ। ਜਦੋਂ ਸਿੱਖਾਂ ਨੇ ਇਸ ਵਿਰੁੱਧ ਆਵਾਜ਼ ਉਠਾਈ ਕਿ ਸਾਡੇ ਕੁਦਰਤੀ ਵਸੀਲੇ, ਕੁਦਰਤੀ ਸੋਮੇ ਲੁੱਟੇ ਜਾ ਰਹੇ ਨੇ, ਸਾਡਾ ਪਾਣੀ ਲੁੱਟਿਆ ਜਾ ਰਿਹਾ, ਪੰਜਾਬੀ ਬੋਲਦੇ ਇਲਾਕੇ ਜਿਹੜੇ ਨੇ ਜਾਂ ਪੰਜਾਬੀ ਸੱਭਿਆਚਾਰ ਵਾਲੇ ਇਲਾਕੇ ਜਿਹੜੇ ਨੇ ਉਹ ਪੰਜਾਬ ਨਾਲੋਂ ਕੱਟ ਦਿੱਤੇ ਨੇ, ਇਹ ਧਰੋਹ ਹੈ ਕਮਾਇਆ ਸਾਡੇ ਨਾਲ ਭਾਰਤ ਦੀ ਕੇਂਦਰ ਸਰਕਾਰ ਨੇ, ਤਾਂ ਸਿੱਖਾਂ ਨੇ ਜਦੋਂ ਵਿਦਰੋਹ ਕੀਤਾ, ਅੰਦੋਲਨ ਕੀਤੇ, ਪੰਜਾਬੀ ਸੂਬੇ ਮੋਰਚੇ ਦਾ ਆਗਾਜ਼ ਹੋਇਆ, ਧਰਮ ਯੁੱਧ ਮੋਰਚਾ ਲੱਗਿਆ, ਤਾਂ ਸਰਕਾਰ ਨੇ ਬਜਾਏ ਇਸ ਦੇ ਕਿ ਸਿੱਖਾਂ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲ ਕਰਦੀ, ਸਿੱਖਾਂ ਦੀਆਂ ਜਾਇਜ਼ ਵਾਜਬ ਮੰਗਾਂ ਵੱਲ ਧਿਆਨ ਦੇਣ ਦੀ, ਜੋ ਵਾਅਦੇ ਭਾਰਤ ਦੇ ਹੁਕਮਰਾਨਾਂ ਨੇ 47 ਤੋਂ ਪਹਿਲਾਂ ਹੀ ਸਿੱਖਾਂ ਨਾਲ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਤੇ ਗੌਰ ਫਰਮਾਉਂਦੀ, ਉਲਟਾ ਸਿੱਖਾਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਕੀਤੇ ਅੰਦੋਲਨ ਜਿਹੜੇ ਸੀ ਉਹਨਾਂ ਨੂੰ ਕੁਚਲਣ ਦੇ ਲਈ ਭਾਰਤ ਦੀ ਸਰਕਾਰ ਨੇ ਹਥਿਆਰਾਂ ਦਾ ਇਸਤੇਮਾਲ ਜਿਹੜਾ ਹੈ ਉਹ ਕਰਨ ਦੀ ਨੀਤੀ ਜਿਹੜੀ ਸੀ ਉਹ ਧਾਰ ਲਈ, ਜਿਹਦਾ ਨਤੀਜਾ ਨਿਕਲਿਆ 84 ਦਾ ਹਮਲਾ। ਔਰ ਇਸ ਹਮਲੇ ਨੂੰ ਭਾਵੇਂ ਅੱਜ 40 ਸਾਲ ਹੋ ਗਏ ਨੇ, 400 ਸਾਲ ਹੋ ਜਾਏ, 4000 ਸਾਲ ਹੋ ਜਾਣ, ਇਹ ਹਮਲਾ ਹਮੇਸ਼ਾ ਹੀ ਸਾਡੀਆਂ ਸਿਮਰਤੀਆਂ ਦੇ ਵਿੱਚ ਰਹੇਗਾ, ਸਾਡੇ ਜ਼ਖਮ ਹਮੇਸ਼ਾ ਹੀ ਇਸ ਹਮਲੇ ਦੌਰਾਨ ਜਿਹੜੇ ਹੋਏ ਨੇ ਉਹ ਹਰੇ ਰਹਿਣਗੇ ਔਰ ਰਿਸਦੇ ਰਹਿਣਗੇ, ਦਰਦ ਕਰਦੇ ਰਹਿਣਗੇ, ਪੀੜ ਦਿੰਦੇ ਰਹਿਣਗੇ ਔਰ ਸਾਨੂੰ ਅਹਿਸਾਸ ਦਿਵਾਉਂਦੇ ਰਹਿਣਗੇ ਕਿ ਭਾਰਤ ਦੀ ਉਸ ਵਕਤ ਦੀ ਹਕੂਮਤ ਨੇ ਉਸੇ ਤਰ੍ਹਾਂ ਹੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਹੱਲਾ ਬੋਲਿਆ ਜਿਵੇਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਹਮਲਾ ਬੋਲਦਾ ਹੈ, ਅਤੇ ਉਸੇ ਤਰ੍ਹਾਂ ਦਾ ਅੱਤਿਆਚਾਰ ਸਾਡੇ ਸਿੱਖਾਂ ਦੇ ਉੱਤੇ, ਬੀਬੀਆਂ, ਬਜ਼ੁਰਗਾਂ, ਬੱਚਿਆਂ ਦੇ ਉੱਤੇ ਕੀਤਾ ਗਿਆ ਜਿਵੇਂ ਇੱਕ ਮੁਲਕ ਦੀਆਂ ਫੌਜਾਂ ਦੂਜੇ ਮੁਲਕ ਦੇ ਉੱਤੇ ਹਮਲਾ ਕਰਨ ਤੋਂ ਬਾਅਦ, ਕਬਜ਼ਾ ਕਰਨ ਤੋਂ ਬਾਅਦ ਉੱਥੋਂ ਦੇ ਲੋਕਾਂ ਦੇ ਨਾਲ ਕਰਦੀਆਂ। ਬਹੁਤ ਵੱਡਾ ਇਹ ਜ਼ੁਲਮ ਸੀ, ਬਹੁਤ ਵੱਡਾ ਸਿੱਖਾਂ ਦੇ ਨਾਲ ਧੱਕਾ ਸੀ, ਸਿੱਖਾਂ ਦੇ ਨਾਲ ਅਨਿਆਇ ਸੀ, ਸਿੱਖਾਂ ਵੱਲੋਂ ਕੀਤੇ ਸ਼ਾਂਤਮਈ ਅੰਦੋਲਨਾਂ ਨੂੰ ਦਬਾਉਣ ਦੀ ਇੱਕ ਹਥਿਆਰਬੰਦ ਢੰਗ ਦੇ ਨਾਲ ਕੋਝੀ ਭਾਰਤ ਦੀ ਚਾਲ ਸੀ, ਸਰਕਾਰ ਦੀ ਚਾਲ ਸੀ। ਅਸੀਂ ਹਮੇਸ਼ਾ ਹੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ।
ਜਿਨ੍ਹਾਂ ਸ਼ਹੀਦਾਂ ਨੇ ਇਸ ਘੱਲੂਘਾਰੇ ਦੌਰਾਨ, ਇਸ ਹਮਲੇ ਦੌਰਾਨ ਆਪਣੀਆਂ ਸ਼ਹੀਦੀਆਂ ਦਿੱਤੀਆਂ, ਚਾਹੇ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸਨ, ਬਾਬਾ ਠਾਰਾ ਸਿੰਘ ਜੀ ਸਨ, ਜਰਨਲ ਸੁਬੇਗ ਸਿੰਘ ਜੀ ਸਨ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਨ, ਬਾਬਾ ਮਹਿੰਗਾ ਸਿੰਘ ਜੀ ਸਨ, ਹੋਰ ਬੇਗਣਤ ਅਣਗਿਣਤ ਸਿੱਖ ਜਿਨ੍ਹਾਂ ਦੇ ਨਾਂ ਲੈਣ ਲੱਗੀ ਹੈ ਅਤੇ ਵਕਤ ਮੁੱਕ ਜਾਂਦਾ। ਬੱਚੇ ਬਜ਼ੁਰਗ ਜਿਹੜੇ ਤੜਪ ਤੜਪ ਕੇ ਇੱਥੇ ਆਪਣੀਆਂ ਜਾਨਾਂ ਦੇ ਕੇ, ਕੋਹ ਕੋਹ ਕੇ ਜਿਨ੍ਹਾਂ ਨੂੰ ਗੋਲੀਆਂ ਦੇ ਨਾਲ ਤਪਦੀ ਹੋਈ ਪ੍ਰਕਰਮਾਂ ਦੇ ਵਿੱਚ ਭੁੰਨਿਆ ਗਿਆ, ਛੋਟੇ ਛੋਟੇ ਬੱਚਿਆਂ ਨੂੰ ਤਪਦੀ ਹੋਈ ਪ੍ਰਕਰਮਾਂ ਦੇ ਵਿੱਚ ਸੁੱਟਿਆ ਗਿਆ, ਇਹ ਹਮੇਸ਼ਾ ਹੀ ਭਾਰਤ ਸਰਕਾਰ ਵੱਲੋਂ ਕੀਤੀ ਨਸਲਕੁਸ਼ੀ ਸਾਨੂੰ ਧੱਕੇ ਦੀ ਯਾਦ ਦਿਵਾਉਂਦੀ ਰਹੇਗੀ। ਇਹਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਤੋਂ ਰਜੇਸ਼ ਦੀ ਰਿਪੋਰਟ ਔਨ ਏਅਰ।